साहब मत्था टेकन दे लई जो शरधालू गए ओह उत्थे ही दरबार साहब दे अंदर बंद हो के रह गए, क्योंकि उस तो बाद लॉकडाउन अते करफ्यू जारी हो गया। अजिहे हालातां दे चलदिआं उन्हां ने पंजाब सरकार तो अपील की कि उन्हां नूं जल्द तो जल्द उन्हां दे घर वापस भेजा जाए। उन्हां ने अपनी वीडियो भी सोशल मीडिया ते अपलोड की। पंजाब सरकार वालों केंद्र सरकार नूं अपील की गई कि जिहड़े शरधालू उत्थे फसे हुए ने उन्हां दे लई घर जाण दा प्रबंध किया जाए, ते जिहड़ा भी बसां दा किराया होवेगा ओह पंजाब सरकार देवेगी। उन्हां चों कुछ शरधालू तरन तारण तों वी सी। जदों उन्हां नूं तरन तारण लिआंदा गया तां सब तों पहलां उन्हां ने तरन तारण दे सिविल हस्पताल च चैकअप करवाया। चैकअप करन तों बाद पता चलिआ कि सारे लोग ठीक ने अते किसे नूं भी कोरोना दी शिकायत नहीं है। फिर भी उन्हां नूं 28 दिन दे लई अपने घरां दे अंदर बंद ही रहना पवेगा। ਇਹ ਸਾਰੀ ਜਾਣਕਾਰੀ ਤਰਨ ਤਾਰਨ ਦੇ SDM ਰਜਨੀਸ਼ ਅਰੋੜਾ ਨੇ ਦਿੱਤੀ ਹੈ। ਕੋ ਜਿਹੜੇ ਪੰਜਾਬ ਸਰਕਾਰ ਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ, ਜਿਹੜੇ ਹਜ਼ੂਰ ਸਾਹਿਬ ਜਿਹੜੀਆਂ ਸੰਗਤਾਂ ਪੰਜਾਬ ਦੀਆਂ ਫਸੀਆਂ ਸਨ ਉਹਨਾਂ ਨੂੰ ਲਿਆਉਣ ਵਾਸਤੇ ਅਸੀਂ ਵਿਸ਼ੇਸ਼ ਬੱਸਾਂ ਰਾਹੀਂ ਉਹਨਾਂ ਨੂੰ ਇੱਥੇ ਲਿਆਂਦਾ ਵੇ। ਅੱਜ ਤਰਨ ਤਾਰਨ ਦੇ ਵਿੱਚ ਇਹਨਾਂ ਦਾ ਜਿਹੜਾ ਥਰਮੋ ਚੈੱਕ ਕੀਤਾ ਗਿਆ ਵੇ ਅਤੇ ਇਹ ਸਾਰੇ ਠੀਕ ਪਾਏ ਗਏ ਨੇ। ਹੁਣ ਅਸੀਂ ਇਹਨਾਂ ਨੂੰ ਇੱਥੋਂ ਅਸੀਂ ਇਹ ਸਾਰੇ ਪੱਟੀ ਦੇ ਕੇ ਸੀਗੇ ਜਿਹੜੇ ਉੱਥੋਂ ਸੰਗਤ ਸੀਗੀ। ਅਸੀਂ ਇਹਨਾਂ ਨੂੰ 10 ਬੰਦੇ ਇਸ ਬੱਸ 'ਚ ਆਏ ਨੇ, ਪਹਿਲੀ ਬੱਸ ਦੇ ਵਿੱਚ ਅਸੀਂ ਇਹਨਾਂ ਨੂੰ SDM ਪੱਟੀ ਦੇ ਸਪੁਰਦ ਕਰਕੇ ਸਿਵਲ ਹਸਪਤਾਲ ਦਾ ਉੱਥੋਂ ਦੀ ਜਿਹੜੀ ਟੀਮ ਸਾਡੀ ਤਿਆਰ ਬੈਠੀ ਹੈ ਜਿਹੜੀ ਇਹਨਾਂ ਨੂੰ ਹੋਮ ਕੁਆਰੰਟਾਈਨ ਕਰਕੇ ਆਏਗੀ ਇਹਨਾਂ ਦੇ ਘਰਾਂ ਦੇ ਵਿੱਚ। ਔਰ ਇਹਨਾਂ ਸਾਰਿਆਂ ਨੂੰ ਬੇਨਤੀ ਵੀ ਕੀਤੀ ਗਈ ਮੇਰੇ ਵੱਲੋਂ, ਪਲੀਜ਼ 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 28 ਦਿਨ ਘੱਟੋ ਘੱਟ 28 ਦਿਨ, ਜੋ ਮਾਨਯੋਗ ਡੀ ਸਾਹਿਬ ਨੇ ਸਾਨੂੰ ਕਿਹਾ ਵੇ ਬੜਾ ਵਧੀਆ ਨਿਸ਼ਚੇ ਲਿਆ ਸਰ ਨੇ ਵੀ 14 ਦਿਨ ਕਹਿੰਦੇ ਕਹਿੰਦੇ ਦੈਨ 14 ਦਿਨ ਅਦਰ ਅਨਦਰ 14 ਦਿਨ ਪ੍ਰਕੋਸ਼ਨ ਮਈਰ ਨਾਲ ਅਸੀਂ ਇਹਨਾਂ ਨੂੰ ਘਰ ਬਿਠਾਉਣਾ ਵੇ, ਉਹ ਘਰ ਹੋਮ ਕੁਆਰੰਟਾਈਨ ਕਰਨਾ। ਔਰ ਸਾਰਿਆਂ ਨੇ ਮੰਨਿਆ ਵੀ ਇਸ ਗੱਲ ਨੂੰ, ਅਪੀਲ ਨੂੰ ਮੰਨਿਆ ਵੀ ਹੈ। ਇਹ ਕਹਿੰਦੇ 28 ਦਿਨ ਅਸੀਂ ਆਪਣੇ ਘਰਾਂ ਦੇ ਵਿੱਚ ਬਿਲਕੁਲ ਹੋਮ ਕੁਆਰੰਟਾਈਨ ਹੋ ਕੇ ਰਵਾਂਗੇ। ਬਿਲਕੁਲ ਪੱਟੀ ਸਿਵਲ ਹਸਪਤਾਲ, ਪੱਟੀ ਤੋਂ ਇੱਥੋਂ ਸਿਵਲ ਹਸਪਤਾਲ ਪੱਟੀ ਭੇਜ ਰਹੇ ਆਪਾਂ ਨੂੰ, ਉੱਥੋਂ ਟੀਮ ਦੇਣੀਆਂ 3 ਟੀਮਾਂ ਨੇ ਕੰਪਨੀ ਕਰਕੇ ਇਹਨਾਂ ਦੇ ਘਰ ਛੱਡ ਕੇ ਆਣਗੀਆਂ ਔਰ ਹੋਮ ਕੁਆਰੰਟਾਈਨ ਇਹਨਾਂ ਘਰ ਦੇ ਬਾਹਰ ਬੋਰਡ ਵੀ ਲਗਾ ਕੇ ਆਣਗੇ। ਹਾਂ ਬਿਲਕੁਲ, ਇੱਕ 12 ਵਜੇ ਬੱਸ ਆ ਰਹੀ ਹੈ, ਉਹਦੇ ਵਿੱਚ 3 ਯਾਤਰੀ ਹੈਗੇ ਨੇ ਵਾਇਆ ਬਠਿੰਡਾ ਰਹੀ, ਦੈਨ ਡੇਲੀ ਬੱਸਾਂ ਆਣਗੀਆਂ। ਜਿਵੇਂ ਜਿਵੇਂ ਬੱਸਾਂ ਆ ਜਾਣਗੀਆਂ ਤਵੇਂ ਤਵੇਂ ਅਸੀਂ ਇਹਨਾਂ ਨੂੰ ਘਰ ਭੇਜੀ ਜਾਵਾਂਗੇ, ਇਹਨਾਂ ਦੇ ਪਹੁੰਚਾਈ ਜਾਵਾਂਗੇ। ਜ਼ਿਕਰ ਹੋ ਗਿਆ ਕਿ ਲੌਕਡਾਊਨ ਉਤੇ ਕਰਫਿਊ ਦੇ ਚੱਲਦਿਆਂ ਕਈ ਸ਼ਰਧਾਲੂ ਸ਼੍ਰੀ ਹਜ਼ੂਰ ਸਾਹਿਬ ਵਿੱਚ ਫਸ ਗਏ ਸੀ, ਜਿਨ੍ਹਾਂ ਵੱਲੋਂ ਕੇਂਦਰ ਸਰਕਾਰ ਨੂੰ ਗੁਹਾਰ ਲਗਾਈ ਗਈ ਕਿ ਉਹਨਾਂ ਦੀ ਘਰ ਵਾਪਸੀ ਕਰਾਈ ਜਾਵੇ, ਕਿਉਂਕਿ ਲੌਕਡਾਊਨ ਦਾ ਸਮਾਂ ਵੱਧਦਾ ਹੀ ਜਾ ਰਿਹਾ। ਇਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਉਹਨਾਂ ਸਾਰੇ ਸ਼ਰਧਾਲੂਆਂ ਲਈ ਕੱਲ੍ਹ ਬੱਸਾਂ ਭੇਜੀਆਂ ਗਈਆਂ ਅਤੇ ਜਿਨ੍ਹਾਂ ਰਾਹੀਂ ਸਾਰੇ ਸ਼ਰਧਾਲੂ ਆਪਣੇ ਘਰ ਵਾਪਸ ਆ ਸਕਣਗੇ। ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।